ਬੇ ਮੁੰਡਿਆ ਉਰੇ ਆ ਬੈਠ। ਪੁੱਤ ਬਥੇਰਾ ਟਾਈਮ ਹੋ ਗਿਆ ਤੈਨੂੰ ਹੁਣ ਨੌਕਰੀ ਕਰਦੇ ਨੂੰ, ਹੁਣ ਤੇਰਾ ਰਿਸ਼ਤਾ ਰੁਸ਼ਤਾ ਕਰ ਦਿੰਦੇ ਆ ਕਿਤੇ। ਮੇਰੀ ਗੱਲ ਤਾਂ ਸੁਣ ਲਾ। ਕੀ ਗੱਲ ਤੇਰੀ ਸੁਣਾ, ਤੇਰੇ ਕੋਲ ਚਾਰ ਦਿਨਾਂ ਬਾਅਦ ਆਹੀ ਕਹਾਣੀ ਹੁੰਦੀ ਹੈ, ਤੇਰਾ ਰਿਸ਼ਤਾ ਕਰ ਦਿੰਦੇ ਆ, ਤੇਰਾ ਵਿਆਹ ਕਰ ਦਿੰਦੇ ਆ। ਮੈਂ ਨੀ ਹਲੇ ਕਰਾਉਣਾ ਵਿਆਹ। ਬੇ ਤੇਰੇ ਮਾਮੇ ਨੇ ਕਿਹਾ ਗਾ, ਉਹ ਦੱਸ ਪਾਈ ਆ ਉਹਨੇ ਕੁੜੀ ਦੀ ਟੀਚਰ ਲੱਗੀ ਹੋਈ ਆ, ਤੂੰ ਫੇਰ ਨਾ ਕਰਨ ਲੱਗ ਜਾਂਦਾ। ਮਾਂ ਮੇਰੀ ਗੱਲ ਸੁਣ, ਮੈਂ ਤੈਨੂੰ ਐਂ ਥੋੜ੍ਹੀ ਕਹਿਣਾ ਵੀ ਮੈਂ ਵਿਆਹ ਕਰਾਉਂਦਾ ਨਹੀਂ, ਪਰ ਮੈਂ ਹਲੇ ਨਹੀਂ ਕਰਾਉਂਦਾ ਹੈਗਾ। ਫੇਰ ਕਦੋਂ ਕਰਾਉਣਾ? ਕਰਾ ਲਾਂਗੇ, ਨਾਲੇ ਮਾਮਾ ਤਾਂ ਉਵੇਂ ਤੀਜੇ ਦਿਨ ਫੋਨ ਕਰ ਦਿੰਦਾ, ਉਹਦੇ ਕੋਲ ਆ ਜਾਂਦੇ ਨੇ ਰਿਸ਼ਤਿਆਂ ਵਾਲੇ, ਹੋਰ ਕੋਈ ਉਹਨੂੰ ਕੰਮ ਨਹੀਂ ਹੈਗਾ, ਬਸ ਇੱਕ ਤੈਨੂੰ ਫੋਨ ਕਰ ਦਿੰਦਾ, ਇੱਕ ਤੂੰ ਹੈ ਜਿਹੜੀ ਉਹਦੇ ਮਗਰ ਲੱਗ ਜਾਂਦੀ ਹੈ। ਵੀ ਉਹਨੂੰ ਮੈਂ 20 ਵਾਰੀ ਜਵਾਬ ਦੇਤਾ, 20 ਰਿਸ਼ਤਿਆਂ ਨੂੰ ਜਵਾਬ ਦੇਤਾ, ਅਤੇ ਤੂੰ ਮੇਰੀ ਗੱਲ ਨਹੀਂ ਸੁਣਦਾ, ਉਹਨਾਂ ਨੂੰ ਮੈਂ ਦੱਸ ਕੀ ਜਵਾਬ ਦੇਵਾਂ? ਕੋਈ ਨਾ, ਮੈਂ ਮਾਮੇ ਨਾਲ ਆਪ ਹੀ ਕਰ ਲੂੰਗਾ ਗੱਲ। ਜਿਹੜੀ ਮੈਂ ਟੀਚਰ ਲੱਗੀ ਹੋਈ ਉਹਦੇ ਨਖਰੇ ਘੱਟ ਹੋਣਗੇ, ਤੈਨੂੰ ਦੇ ਦੂਗੀ ਰੋਟੀ ਉਹ? ਕੋਈ ਨਾ ਦੇ ਦੂਗੀ, ਤੂੰ ਹਾਂ ਕਰਨ ਵਾਲਾ ਬਣ ਕੇ ਰਹਿ। ਕੁੜੀ ਉਹ ਲਿਆਵਾਂਗੇ ਜਿਹੜੀ ਸਿੰਪਲ ਅਤੇ ਸਾਦੀ ਹੋਈ, ਘੱਟ ਪੜ੍ਹੀ ਹੋਈ ਵੀ ਚੱਲ ਜੂਗੀ, ਰੋਟੀ ਤਾਂ ਤੈਨੂੰ ਦੇਵੇ। ਇਹ ਤਾਂ ਨਾ ਹੋਵੇ ਵੀ ਕੱਲ੍ਹ ਨੂੰ ਉਰੇ ਕੁੱਤ ਕਲੇਸ਼ ਕਰੀ ਜਾਵੇ। ਨਾਲੇ ਮੈਂ ਹਲੇ ਵਿਆਹ ਵਾਸਤੇ ਰਾਜ਼ੀ ਨਹੀਂ ਹੈਗਾ। ਵੀ ਜੇ ਤੈਨੂੰ ਕੋਈ ਕੁੜੀ ਹੋਰ ਪਸੰਦ ਹੈ ਤਾਂ ਮੈਨੂੰ ਉਹ ਦੱਸ ਦੇ, ਮੈਂ ਤੇਰੇ ਮਾਮੀ ਨਾਲ ਗੱਲ ਕਰ ਲੂੰਗੀ, ਆਪਾਂ ਰਿਸ਼ਤਾ ਉੱਥੇ ਕਰ ਦਾਂਗੇ। ਮੈਨੂੰ ਮੈਂ ਹਲੇ ਕੋਈ ਕੁੜੀ ਪਸੰਦ ਨਹੀਂ, ਠੀਕ ਹੈ, ਅਤੇ ਨਾ ਮੈਂ ਕਿਸੇ ਨੂੰ ਪਸੰਦ ਕਰਦਾ, ਅਤੇ ਜੇ ਕਰੀ ਵੀ ਤਾਂ ਮੈਂ ਤੈਨੂੰ ਦੱਸ ਦੂੰਗਾ ਮੈਨੂੰ ਕਿਹੜਾ ਤੇਰੇ ਤੋਂ ਕੋਈ ਲੁੱਕ ਹੈ। ਬਸ ਗੱਲ ਇੰਨੀ ਹੈ ਵੀ ਜਿਹੜਾ ਵੀ ਰਿਸ਼ਤਾ ਆਉਂਦਾ ਤੂੰ ਉਹਨੂੰ ਜਵਾਬ ਦੇ ਦਿਆ ਕਰ, ਇਹ ਗੱਲ ਕਹਿ ਕੇ ਵੀ ਭਾਈ ਹਲੇ ਅਸੀਂ ਮੁੰਡੇ ਦਾ ਕਰਦੇ ਨਹੀਂ। ਬੇ ਹੁਣ ਬੁੜਾ ਹੋ ਕੇ ਕਰਾਏਂਗਾ, ਤੇਰੇ ਨਾਲ ਦੇ ਸਾਰੇ ਵਿਆਹੇ ਗਏ, ਉਹ ਦੇਖ ਲਾ ਸੋਨੇ ਦੇ 2 ਜਵਾਕ ਵੀ ਹੋ ਗਏ, ਪਰ ਤੂੰ ਤਾਂ ਮੰਨਣੀ ਨਹੀਂ ਗੀ। ਕੋਈ ਨਾ, ਸੋਨੇ ਨੇ ਪਹਾੜੋਂ ਪੱਥਰ ਲਿਆਂਦਾ, ਉਹ ਫਿਰੀ ਜਾਂਦਾ ਜਵਾਕਾਂ ਦੀਆਂ ਨਲੀਆਂ ਪੂੰਝਦਾ, ਨਾਲੇ ਸੋਨੇ ਦੇ ਘਰ ਵਾਲੀ ਤੈਨੂੰ ਪਤਾ ਖੜੀ ਸੂਲ ਵਾਲੀ ਹੈ, ਜਮਾਂ ਨਹੀਂ ਉਹਨਾਂ ਪਰਾਂ ਜਾਣ ਦਿੰਦੀ, ਇੱਕ ਕੱਪੜਾ ਉਸੇ ਨੂੰ ਹੰਢਾਉਂਦਾ, ਜੇ ਫੋਨ ਵੀ ਕਰ ਲਈਏ ਉਹੀ ਚੱਕਦੀ ਹੈ ਮਹਾਰਾਣੀ ਮੂਹਰੋਂ, ਅੱਗੇ ਉਹ ਤਾਂ ਹੈ ਨਹੀਂ ਗਾ ਘਰੇ। ਬੇ ਸੋਨੇ ਦੇ ਲੱਛਣੀ ਛਿੱਤਰ ਖਾਣ ਵਾਲੀ ਸੀ, ਦੇਖਿਆ ਨਹੀਂ ਸੀ ਜੋ ਕੁਆਰਾ ਹੁੰਦਾ ਸੀਗਾ, ਲੱਟ ਲੱਟ ਕਰਦਾ ਫਿਰਦਾ ਰਹਿੰਦਾ ਸੀ, ਵਧੀਆ ਠੀਕ ਕਰਕੇ ਰੱਖਿਆ ਉਹਦੇ ਘਰ ਵਾਲੀ ਨੇ ਉਹਨੂੰ। ਆਹੋ ਜਿਵੇਂ ਹੁਣ ਤੂੰ ਕਹਿਤਾ, ਅਸੀਂ ਕੱਲ੍ਹ ਨੂੰ ਲੋਕਾਂ ਦੀਆਂ ਬੁੜੀਆਂ ਫਿਰ ਮੈਨੂੰ ਕਹਿ ਦਿਆ ਕਰਨਗੀਆਂ ਜੇ ਆਪਣੀ ਇਹੋ ਜਿਹੀ ਆ ਗਈ। ਨਾਲੇ ਮਾਂ ਵਿਆਹ ਕਰਾ ਲਾਂਗੇ, ਖਵਾਵਾਂਗੇ ਕੀ, ਪਹਿਲਾਂ 4 ਛਿੱਲੜ ਜੇਬ 'ਚ ਹੋਣੇ ਤਾਂ ਚਾਹੀਦੇ ਨੇ, ਆ ਜਿੱਦਾਂ ਦੀ ਕੋਠੀ ਪਾਈ ਹੈ ਹਲੇ ਤੱਕ ਤਾਂ ਨਹੀਂ ਲੋਟ ਨਹੀਂ ਆਈ ਹੈਗੀ। ਬੇ ਤੂੰ 7 ਕਿੱਲਿਆਂ ਦਾ ਮਾਲਕ ਆ, ਕੋਈ ਨੰਗ ਥੋੜ੍ਹੀ ਆ, ਨਾਲੇ ਨੌਕਰੀ ਕਰਦਾ ਤੂੰ, ਸਰਕਾਰੀ ਨੌਕਰੀ ਵਾਲੇ ਇਹੀ ਮਿਲ ਜਾਂਦੇ ਨੇ। ਉਹ ਕੋਈ ਨਾ ਮਾਂ, ਹਰੇਕ ਦੀ ਥਾਲੀ 'ਚ ਨਾ ਲੱਡੂ ਵੱਡਾ ਹੀ ਲੱਗਦਾ ਹੁੰਦਾ, ਆਪਾਂ ਨੂੰ ਆਪਣੀ ਕਬੀਲਦਾਰੀ ਦਾ ਪਤਾ, ਕੋਈ ਨਾ ਕਰਾ ਲਾਂਗੇ ਵਿਆਹ, ਮੈਨੂੰ ਵੀ ਪਤਾ ਵੀ ਤੈਥੋਂ ਕੰਮ ਨਹੀਂ ਬਣਦਾ, ਫਿਰ ਹੁਣ ਕੀ ਕਰੀਏ? ਬੇ ਮੇਰੇ ਤੈਨੂੰ ਪਤਾ ਤਾਂ ਹੈਗਾ, ਮੇਰੇ ਤਾਂ ਗੋਡੇ ਦੁਖਦੇ ਰਹਿੰਦੇ ਨੇ, ਮੈਂ ਹੁਣ ਬੁੜੇ ਤੱਕ ਹੁੰਦੀ ਹੋਈ ਵੀ ਰੋਟੀਆਂ ਪਕਾਈ ਚੱਲਾਂ ਤੁਹਾਡੀਆਂ, ਮੈਨੂੰ ਵੀ ਤਾਂ ਸੁੱਖ ਦਾ ਟਾਈਮ ਚਾਹੀਦਾ। ਤੂੰ ਤੇ ਮਾਮਾ ਤਾਂ ਟਿਕਦੇ ਨਹੀਂ, ਆ ਬਸ ਇਮੋਸ਼ਨਲ ਬਲੈਕਮੇਲ ਕਰਕੇ ਮੈਨੂੰ ਵਿਆਹ ਕੇ ਹਟੋਂਗੇ, ਕੋਈ ਨਾ ਆਉਂਦੇ ਸਾਲ ਨੂੰ ਕਰਾ ਲਾਂਗੇ, ਪਰ ਰਿਸ਼ਤਾ ਨਹੀਂ ਹਲੇ ਦੇਖਦੇ ਹੈਗੇ, ਜਦੋਂ ਵਿਆਹ ਕਰਾਉਣਾ ਹੋਇਆ 2-3 ਮਹੀਨੇ ਪਹਿਲਾਂ ਹੀ ਰਿਸ਼ਤਾ ਦੇਖ ਲਾਂਗੇ, ਨਾਲੇ ਬਾਹਲੇ ਟਾਈਮ ਦੇ ਕਰੇ ਹੋਏ ਰਿਸ਼ਤੇ ਬਾਹਲਾ ਟਾਈਮ ਪੂਰ ਨਹੀਂ ਚੜ੍ਹਿਆ ਕਰਦੇ, 100 ਗੱਲਾਂ ਹੋ ਜਾਂਦੀਆਂ ਨੇ। ਤੂੰ ਹੋ ਗਿਆ ਬਾਹਲਾ ਸਿਆਣਾ, ਭਾਈ ਮੈਨੂੰ ਨਹੀਂ ਪਤਾ ਹੈਗਾ, ਤੇਰੇ ਮਾਮੇ ਦਾ ਪਤਾ ਨਹੀਂ ਹੈਗਾ ਕਦੋਂ ਰਿਸ਼ਤੇਦਾਰਾਂ ਨੂੰ ਲਿਆ ਕੇ ਖੜਾ ਦੇ, ਨਾਲੇ ਜੇ ਕੋਈ ਕੁੜੀ ਹੈਗੀ ਆ ਪਹਿਲਾਂ ਦੱਸ ਦੇ, ਰਿਸ਼ਤੇ ਤੋਂ ਬਾਅਦ ਨਾ ਕੁਛ ਕਹੀਂ। ਉਹ ਮਾਂ ਤੈਨੂੰ ਕੀ ਲੱਗਦਾ, ਅੱਛਾ ਮਾਮਾ ਇਹ ਲਿਆ ਕੇ ਖੜਾ ਦੂੰਗਾ ਅਤੇ ਮੈਂ ਹਾਂ ਕਰ ਦੂੰਗਾ, ਹੈ ਐਂ ਨਹੀਂ ਹੁੰਦੀ ਹਾਂ, ਨਾਲੇ ਐਂ ਨਹੀਂ ਰਿਸ਼ਤੇ ਹੁੰਦੇ ਜਿਵੇਂ ਤੂੰ ਅਤੇ ਮਾਮਾ ਲੱਗ ਰਹੇ ਹੋ ਕਰਾਉਣ। ਫਿਰ ਭਾਈ ਉਹ ਤਾਂ ਹਾਂ ਕਰਨੀ ਹੀ ਪਊ, ਜਦੋਂ ਮੈਂ ਪਹਿਲਾਂ ਕਹੀ ਜਾਂਦੀ ਹਾਂ।
ਤੈਨੂੰ ਪਹਿਲਾਂ ਸਮਝਾਈ ਜਾਂਦੀ ਹਾਂ। ਫਿਰ ਹੁਣ 4 ਮਹੀਨਿਆਂ ਨਾਲ ਮੌਤ ਪੈਂਦੀ ਹੈ, ਖੜ ਜਾਓ 4 ਮਹੀਨੇ, ਐਡੀ ਦੱਸ ਕੀ ਕਾਹਲੀ ਆ ਰਹੀ ਹੈ। ਚੱਲ ਤਾਂ ਨਹੀਂ, ਆਪਦੀ ਮਰਜ਼ੀ ਕਰ ਬਈ। ਚੱਲ ਚੰਗਾ, ਆਉਂਦੇ ਨੂੰ ਨਾ ਅੱਜ ਮੈਨੂੰ ਚੂਰੀ ਕੁੱਟਦੀ, ਖਾਣ ਨੂੰ ਬੜਾ ਜੀ ਕਰੀ ਜਾਂਦਾ। ਆਹੋ ਕੁੱਟਦੀ ਚੂਰੀ। ਹਾਏ ਹਾਏ, ਸਰੀਰ ਜਾਂ ਜਮੀ ਨਹੀਂ ਠੀਕ ਹੈਗਾ, ਕਮਾਲ ਹੈ, ਬਿਮਾਰ ਮੈਂ ਹੋ ਰਹੀ ਹਾਂ, ਲੀਟੀ ਇਹ ਮਹਾਰਾਣੀ ਪਈ ਹੈ ਨੀ ਕੁੜੀਏ। ਹਾਂ ਭਾਬੀ। ਕਿਵੇਂ ਪਈ ਹੈ? ਭਾਬੀ ਸਿਰ ਵਾਲਾ ਦੁਖੀ ਜਾਂਦੇ ਨਾਲ ਬੁਖਾਰ ਹੋ ਰਿਹਾ ਹੈਗਾ। ਅੱਛਾ, ਤੇ ਜਿਹੜੀ ਮੈਂ ਬਿਮਾਰ ਤੁਰੀ ਫਿਰਦੀ ਹਾਂ ਬਈ, ਉਹਦਾ ਕੀ ਹੈ? ਭਾਬੀ ਕੰਮ ਤਾਂ ਕਰਤੇ ਮੈਂ ਸਾਰੇ। ਤੈਨੂੰ ਕੀ ਬੁਖਾਰ ਹੋਇਆ? ਠੰਡਾ ਤਾਂ ਤੇਰਾ ਪਿੰਡਾ ਪਿਆ, ਖੜੀ ਹੋ ਕੇ ਕੰਮ ਕਰ ਲੈ ਬਈਓ, ਮੇਰਾ ਤਾਂ ਸਿਰ ਬਹੁਤ ਦੁਖੀ ਜਾਂਦਾ, ਨਾਲੇ ਦਰਦ ਹੋ ਜਾਂਦਾ ਮੇਰੇ ਤਾਂ। ਭਾਬੀ ਕੰਮ ਤਾਂ ਸਾਰੇ ਕਰ ਲਏ ਮੈਂ, ਕੋਈ ਨਾ ਹੱਥ ਨਾਲੇ ਕੰਮ ਮੈਂ ਕਰ ਲੂੰਗੀ। ਕਦੋਂ ਕਰ ਲੇਂਗੀ ਬਈ? 12 ਵਜੇ, ਤੈਨੂੰ ਪਤਾ ਨਾ ਤੇਰੇ ਬਾਈ ਦਾ 7 ਵਜੇ ਰੋਟੀ ਭਾਲਦਾ ਹੱਥ ਨਾਲ ਹੀ। ਜਾ ਕੇ ਕੰਮ ਕਰ ਲੈ, ਸਬਜ਼ੀ ਸੁਬਜ਼ੀ ਮੰਗਵਾ ਲੈ, ਉਹ ਤੋਂ ਚੀਰ ਲੈ, ਭਾਂਡੇ ਟਿੱਕਰ ਮੰਜਣਾ ਪਿਆ ਸਾਰਾ, ਉਹ ਦੇਖ ਲੈ ਓਟੇ ਚ ਕਿੰਨਾ ਖਲਾਰਾ ਪੈ ਰਿਹਾ, ਜਾ ਕੇ ਸਫਾਈ ਕਰ ਦੇ। ਜਾ ਕਰ ਦਿੰਦੀ ਹੈ, ਮੈਨੂੰ ਮਾੜੀ ਬੁਖਾਰ ਦੀ ਗੋਲੀ ਦੇ ਦਿਓ ਭਾਬੀ। ਕਿਉਂ ਉਰੇ ਮੈਡੀਕਲ ਸਟੋਰ ਖੋਲ ਰੱਖੇ ਮੈਂ ਆਪਦੇ ਨਾਮ ਤੇ? ਤੁਰਿਆ ਨਹੀਂ ਆਉਂਦਾ, ਲੱਤਾਂ 'ਚ ਜਮੀ ਨਹੀਂ ਜਾਣ ਹੈਗੀ ਸੱਚੀ। ਤੇਰੇ ਤਾਂ ਲੱਤਾਂ 'ਚ ਕਦੇ ਜਾਣ ਹੋਈ ਹੈ ਨਹੀਂ ਜਦੋਂ ਤੂੰ ਇੱਥੇ ਆਈ ਹੈ, ਉੱਥੇ ਕਿਵੇਂ ਫਿਰਦੀ ਤੀ ਘੋੜੇ ਵਾਂਗੂ? ਤੂੰ ਵੀ ਉੱਥੇ ਲੋਟ ਆਉਂਦੀ ਤੀ ਡੰਡੇ ਮੂਰੇ। ਮੈਂ ਕਿਹੜਾ ਜਾਣ ਬੁੱਝ ਕੇ ਕਹਿੰਦੀ ਹਾਂ। ਖੜੀ ਹੋ ਜਾ, ਜਾ ਕੇ ਕੰਮ ਕਰ ਲੈ, ਜਾ ਟੋਂਗ ਜੇ ਨਾ ਕਰ, ਨਾਲੇ ਨਵੇਂ ਕੱਪੜੇ ਪਾਈ ਬੈਠੀ ਹੈ ਘਰ, ਇਹ ਕੀ ਗੱਲ? ਤੇਰਾ ਪਿਓ ਸਮਿਆ ਕੇ ਦਿੰਦਾ ਤੈਨੂੰ? ਨਵੇਂ ਥੋੜੀ ਹੈ ਭਾਬੀ, ਇਹ ਤਾਂ ਮੇਰੇ ਵਿਆਹ ਵਾਲੇ ਸੂਟ ਨੇ, ਨਾਲੇ ਫਿਰ ਅੱਗੇ ਕਦੋਂ ਪਹਿਣਗੇ ਇਹ? ਪਏ ਪਏ ਪੁਰਾਣੇ ਹੋਈ ਜਾਂਦੇ ਆ, ਮੈਂ ਤਾਂ ਪਾ ਲਿਆ ਸੀ। ਕਿਉਂ ਅੱਗੇ ਕੰਮ ਕਿਉਂ ਨਹੀਂ ਆਉਣਗੇ? ਜਿੱਥੇ ਕਿਤੇ ਤੈਨੂੰ ਅੱਗੇ ਤੋੜਾਂਗੇ, ਉੱਥੇ ਤੈਨੂੰ ਨਵੀਆਂ ਬਰੀਆਂ ਦਬਾ ਕੇ ਤੋੜਾਂਗੇ ਅਸੀਂ, ਆਹੀ ਕੰਮ ਆਉਣਗੇ ਤੇਰੇ ਪੁਰਾਣੇ। ਕੋਈ ਨਾ ਭਾਬੀ, ਅੱਗੇ ਤੋਂ ਨਹੀਂ ਪਾਉਂਦੀ ਮੈਂ। ਹੁਣ ਫਿਰ ਕਿਵੇਂ ਕਰਨਾ ਕੰਮ ਦਾ? ਕਰਦੀ ਆ। ਖੜੀ ਹੋ ਜਾ ਕੇ। ਮੇਰੀ ਤਾਂ ਸਿਹਤ ਵੀ ਨਹੀਂ ਠੀਕ ਹੈਗੀ, ਮੈਂ ਤਾਂ ਉਰੀ ਪੈ ਜਾਂਦੀ ਹਾਂ, ਹਵਾ ਚੱਲਦੀ ਹੈ ਵਧੀਆ। ਜਾ ਕੇ ਸਾਰੇ ਕੰਮ ਕਰ ਲੈ, ਬਿੰਦਕ ਬਾਅਦ ਪੈ ਜਾਂਦੀ ਹੈ, ਨਾਲੇ ਚੱਪਲਾਂ ਬਦਲ ਲੈ, ਪੁਰਾਣੀਆਂ ਪਾ ਲੈ, ਮੇਰੇ ਵਾਲੀਆਂ ਪਾਈ ਫਿਰਦੀਆਂ। ਆਏ ਹਾਏ, ਓ ਹੋ, ਗਲਤੀ ਕਰੀ ਬਿੱਲੇ ਕੇ ਘਰੇ ਮੋਟਰਸਾਈਕਲ ਆਇਆ ਸੀ, ਫਿਰ ਤਾਂ ਮੋਟਰਸਾਈਕਲ ਹੀ ਚੱਕ ਲਿਆਉਂਦੇ, ਇੰਨੀ ਧੁੱਪ ਹੈ ਉਰੱਪਾ। ਆ ਕਿੱਧਰ ਬੈਠੇ ਸਿਖਰ ਦੁਪਹਿਰੇ? ਉਹ ਕਿਵੇਂ ਨੰਨੂ? ਵਧੀਆ ਏਸ਼ੂ, ਤੂੰ ਦੱਸ? ਵਧੀਆ। ਹੋਰ ਫਿਰ ਸਿਖਰ ਦੁਪਹਿਰੇ ਕਿੱਧਰ ਬੈਠਿਆ ਓਏ? ਉਹ ਘਰੇ ਮੇਰਾ ਪਿਓ ਜਿਹਾ ਮੈਨੂੰ ਗਾਲਾਂ ਦੇਣ ਲੱਗ ਗਿਆ ਯਾਰ, ਮੈਂ ਉਰੇ ਆ ਕੇ ਬਹਿ ਗਿਆ। ਲੈ ਕੰਜਰ ਦੇ ਪੈ ਜਾਇਆ ਕਰੋ, ਸਾਡੀ ਤਾਂ ਮਜਬੂਰੀ ਹੈ, ਕੰਮ ਕਰਦੇ ਫਿਰਦੇ ਹਾਂ। ਪਰ ਹੁਣ ਘਰੇ ਗਾਲਾਂ ਖਾਈ ਜਾਈਏ ਬੈਠੇ? ਚੱਲ ਕੋਈ ਨਾ, ਹੋਰ ਠੀਕ ਹੈ? ਵਧੀਆ। ਹੋਰ ਤਾਂ ਠੀਕ ਹੈ, ਤੂੰ ਦੱਸ? ਵਧੀਆ ਯਾਰ, ਗਰਮੀ ਬਾਲੀ ਕਰ ਰੱਖੀ ਰੱਬ ਨੇ। ਹੋਰ ਕੀ, ਠੰਡ ਕਰੂ ਗਰਮੀ 'ਚ? ਗਰਮੀ ਕਰੂਗਾ। ਓਹੋ, ਨਜਾਇਜ਼ ਕਰ ਰੱਖੀ ਹੈ, ਸਰਵਾਲੇ ਆਏ ਗਏ ਨਾ। ਹੋਰ ਆ, ਗਰਮੀ ਤਾਂ ਬਹੁਤ ਹੈ ਹੋਰ ਜ਼ਿਆਦਾ। ਓਏ ਤੂੰ ਮੈਨੂੰ ਤਾਂ ਦੱਸ ਦਿੰਦਾ ਕੀ ਓਏ? ਲੈ ਹਜੇ ਕੀ ਕਹਿਣਾ ਹੈ, ਸਾਰੇ ਪਿੰਡ 'ਚ ਤੇਰੀ ਵੀਡੀਓ ਵਾਇਰਲ ਹੋ ਰਹੀ ਹੈ। ਸਾਡੇ ਪਿੰਡ 'ਚ ਮੇਰੀ ਵੀਡੀਓ ਵਾਇਰਲ ਹੋ ਰਹੀ ਹੈ? ਇਕੱਲੇ ਇਕੱਲੇ ਗਰੁੱਪ 'ਚ ਪਾ ਰੱਖੀ ਆ। ਕੋਈ ਆਪਾਂ ਕੰਮ ਹੀ ਨਹੀਂ ਕਰਿਆ ਸੀ, ਕੋਈ ਗੱਲ ਹੀ ਨਹੀਂ ਹੈਗੀ ਵੀ ਵੀਡੀਓ ਵਾਇਰਲ ਹੋਣ ਵਾਲੀ। ਲੈ ਮੇਰੇ ਸਾਹਮਣੇ ਵੀ ਮੁੱਕ ਰਹੀ ਹੈ ਨਾ ਯਾਰ, ਦਿਖਾਈ ਤੇਰੇ ਕੋਲ ਹੈਗੀ ਹੈ? ਹਾਂ ਦਿਖਾਈ ਯਾਰ, ਇੱਕ ਮਿੰਟ ਗਰੁੱਪੇ 'ਚੋਂ ਕੱਢ ਲਾ। ਕਿਹੜੀ ਵੀਡੀਓ ਵਾਇਰਲ ਹੋ ਗਈ ਭੈਣ? ਆ ਦੇਖ ਆਪਾਂ, ਥੋੜੀ ਭੈਣ ਇਹ ਹੁਣ
ਉਹ ਯਾਰ ਇਹ ਤਾਂ ਕੋਈ ਗੱਲ ਹੀ ਨਹੀਂ ਹੈਗੀ ਇਹੀ ਜੀ ਤਾਂ ਜਿਵੇਂ ਇਹ ਬੋਲੀ ਜਾਂਦੀ ਹੈ ਇਹਦੇ 'ਚ ਫਿਰ ਹੋਰ ਕੀ ਹੈ ਇਹ ਵੀਡੀਓ ਤਾਂ ਸੱਚੀ ਹੈ ਤੂੰ ਵੀ ਨਿਕਲ ਰਿਹਾ ਗੇਟ 'ਚੋਂ ਉਹ ਗੇਟ 'ਚੋਂ ਤਾਂ ਨਿਕਲਿਆ ਇਹ ਉਹ ਦਿਨ ਦੀ ਵੀਡੀਓ ਹੈ ਜਿੱਦਣ ਮੈਂ ਤੈਨੂੰ ਕਿਹਾ ਸੀ ਵੀ ਉਹਨਾਂ ਦੇ ਬਿੱਲ ਗਲਤ ਦਿੱਤਾ ਗਿਆ ਹਾਂ ਉਹ ਦਿਨ ਦੀ ਵੀਡੀਓ ਹੈ ਯਾਰ ਫਿਰ ਇਹਨੇ ਕਿਵੇਂ ਬਣਾਈ ਹੈ ਬਈ ਮੈਨੂੰ ਤਾਂ ਦੇਖ ਪਤਾ ਨਹੀਂ ਸਾਰੇ ਪਿੰਡ ਥੂ ਥੂ ਹੋ ਰਹੀ ਹੈ ਤੇਰੀ ਉਹ ਯਾਰ ਆਹ ਵੀਡੀਓ ਦੇਖ ਕੇ ਤਾਂ ਮੇਰੇ ਆਪਦੇ ਹੱਥ ਪੈਰ ਠੰਡੇ ਹੋ ਗਏ ਯਾਰ ਪਰ ਯਾਰ ਸੱਚੀ ਨੰਨੂ ਨਾਲੇ ਤਾਂ ਮੈਂ ਆਪ ਸੱਚਾਂ ਨਾਲੇ ਉਹ ਕੁੜੀ ਸੱਚੀ ਆਪਾਂ ਕਿਸੇ 'ਤੇ ਕਿਉਂ ਯਾਰ ਬਦਨਾਮੀ ਦਾ ਟਿੱਕਾ ਲਾਈਏ ਦੇਖ ਉਹਦਾ ਤਾਂ ਮੈਨੂੰ ਪਤਾ ਨਹੀਂ ਹੈਗਾ ਪਰ ਪਿੰਡ ਵਾਲੇ ਜ਼ਰੂਰ ਕਹਿੰਦੇ ਜੀ ਜੇ ਬਿਜਲੀ ਦਾ ਦੁਆ ਪਿੰਡ 'ਚ ਆ ਗਿਆ ਉਹਨੂੰ ਪਤਾ ਜ਼ਰੂਰ ਦੱਸਾਂਗੇ ਮੇਰੀ ਗੱਲ ਸੁਣ ਤੂੰ ਨਾ ਕਿਸੇ ਨਾਲ ਲੜ ਪਈ ਹੋਣਾ ਪਿੰਡ ਵਾਲੇ ਪੁੱਛਣਗੇ ਤਾਂ ਹੈਗੇ ਤੈਨੂੰ ਉਹ ਯਾਰ ਮੈਂ ਕਾਹਨੂੰ ਲੜਦਾ ਬਸ ਮੈਨੂੰ ਤਾਂ ਨਾ ਆਹੀ ਚੋਰਾ ਖਾਈ ਜਾਂਦਾ ਵੀ ਆਹ ਬਣ ਕੇ ਗਿਆ ਮੁੜਕਾ ਆਈ ਜਾਂਦਾ ਮੁੜਕਾ ਤਾਂ ਆਊਗੀ ਪਹਿਲਾਂ ਨਾਸ਼ਕੀਆਂ ਕਰਿਆ ਕਰੋ ਉਹ ਯਾਰ ਨੰਨੂ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਯਾਰ ਨਾਲੇ ਜੇ ਇਹੋ ਜਿਹੀ ਗੱਲ ਹੁੰਦੀ ਯਾਰ ਮੈਂ ਤੈਨੂੰ ਨਾ ਦੱਸਦਾ ਅੱਜ ਕੱਲ੍ਹ ਕੌਣ ਕਿਸੇ ਨੂੰ ਦੱਸਦਾ ਹੈ ਉਹ ਯਾਰ ਤੂੰ ਕਿਉਂ ਹੀ ਅੱਡ ਹੋਣ ਵਾਲੀਆਂ ਗੱਲਾਂ ਕਰੀ ਜਾਂਦਾ ਮੈਨੂੰ ਤਾਂ ਪਹਿਲੀਆਂ ਆਹ ਵੀਡੀਓ ਦੇਖ ਕੇ ਸੌਂਹ ਲੱਗੇ ਮੇਰੇ ਤਾਂ ਹੱਥਾਂ ਪੈਰਾਂ ਦੀ ਪੈ ਗਈ ਵੀ ਯਾਰ ਹੁਣ ਕੀ ਬਣੂਗਾ ਵੀਡੀਓ ਤਾਂ ਫਿਰ ਹੁਣ ਸਰਿਆਮ ਪਤਾ ਨਹੀਂ ਲੱਗਣ ਲੱਗ ਰਿਹਾ ਵੀ ਤੂੰ ਘਰੋਂ ਨਿਕਲਿਆ ਉਹ ਨਿਕਲਿਆ ਤਾਂ ਹੈਗਿਆ ਸਰਵਾਲਿਆ ਐਂ ਤਾਂ ਸਾਰੇ ਪਿੰਡ ਦੇ ਬਿੱਲ ਫੜਾਉਣ ਜਾਂਦਾ ਮੈਂ ਮੈਨੂੰ ਐਂ ਤਾਂ ਦੱਸ ਦੇ ਵੀ ਫਿਰ ਅੱਛਾ ਮੈਂ ਮਾੜਾ ਹੋ ਗਿਆ ਨਾਲੇ ਤੂੰ ਐਂ ਦੱਸ ਆਹ ਵੀਡੀਓ 'ਚ ਉਹ ਕੁੜੀ ਹੈਗੀ ਹੈ ਮੇਰੇ ਨਾਲ ਸਿਰਫ ਆਹ ਜਿਹਨੇ ਵੀਡੀਓ ਬਣਾਈ ਇਹ ਬੋਲੀ ਜਾਂਦੀ ਹੈ ਹੁਣ ਤੈਨੂੰ ਐਂ ਪਤਾ ਵੀ ਇਹ ਵੀਡੀਓ ਬਣਾਈ ਕਿਹਨੇ ਹੁਣ ਐਂ ਕੀ ਪਤਾ ਲੱਗਦਾ ਯਾਰ ਗਰੁੱਪਾਂ 'ਚ ਆਈ ਹੈਗੀ ਪਤਾ ਤਾਂ ਕਰਨਾ ਪਊਗਾ ਯਾਰ ਇੱਜ਼ਤ ਦਾ ਸਵਾਲ ਹੈ ਨਾਲੇ ਅਗਲੀ ਦੀ ਇੱਜ਼ਤ ਦਾ ਸਵਾਲ ਹੈ ਚੱਲ ਬਾਈ ਬਣ ਕੇ ਤੂੰ ਡਿਲੀਟ ਕਰ ਦੇ ਅੱਗੇ ਨਾ ਭੇਜੀ ਯਾਰ ਚੰਗਾ ਮੈਂ ਕਾਹਨੂੰ ਭੇਜਦਾ ਜਿਵੇਂ ਭੇਜਣੀ ਹੁੰਦੀ ਸਾਰਿਆਂ ਨੂੰ ਭੇਜ ਦਿੰਦਾ ਮੈਂ ਤਾਂ ਚੱਲ ਚੰਗਾ ਜੇ ਕੋਈ ਹੋਰ ਮਿੱਤਰ ਪਿਆਰਾ ਹੋਇਆ ਯਾਰ ਬਾਈ ਬਣ ਕੇ ਉਹਦੇ ਤੋਂ ਵੀ ਚੰਗਾ ਕੋਈ ਨਾ ਕੋਈ ਡਿਲੀਟ ਕਰਾ ਦੀ ਚੰਗਾ ਕੋਈ ਨਾ ਠੀਕ ਹੈ ਪੈ ਗਿਆ ਯਾਰ ਯਾਰ ਜੋ ਵੀ ਹੋਇਆ ਨਾ ਚੰਗਾ ਨਹੀਂ ਹੋਇਆ ਹੁਣ ਇੱਕ ਜੀ ਤਾਂ ਕਰਦਾ ਵੀ ਯਾਰ ਜਾਇਆ ਵਾਂ ਗੱਲ ਤਾਂ ਕਲੀਅਰ ਹੋਊਗੀ ਪਤਾ ਨਹੀਂ ਕੀ ਸੋਚੀ ਜਾਂਦੀ ਹੋਣੀ ਮੇਰੇ ਬਾਰੇ ਪਤਾ ਨਹੀਂ ਕੀ ਉਹਦੇ ਘਰ ਦੇ ਸੋਚਦੇ ਹੋਣੇ ਕੁਛ ਨਹੀਂ ਹੁੰਦਾ ਇੱਕ ਵਾਰੀ ਵੱਡਾ ਸਾਰਾ ਦਿਲ ਕਰਕੇ ਜਾ ਕੇ ਆਉਣਾ ਫਿਰ ਜੋ ਹੋਊਗੀ ਦੇਖੀ ਜਾਊਗੀ ਆਸਰੇ ਵਾਹਿਗੁਰੂ ਦੇ ਖੜਕਾ ਦਿੰਦਾ ਯਾਰ ਕੋਈ ਗੇਟ ਕਾਹਤੋਂ ਨਹੀਂ ਖੁੱਲਦਾ ਜੇ ਕਿਸੇ ਨੇ ਫਿਰ ਦੇਖ ਲਿਆ ਫਿਰ ਉਹ ਯਾਰ ਖੋਲਦੇ ਲੱਗਦਾ ਯਾਰ ਗੱਲ ਜ਼ਿਆਦਾ ਵੱਧ ਗਈ ਇਹ ਸੱਚਿਆ ਪਾਤਸ਼ਾਹ ਕਿਰਪਾ ਕਰੀ ਜਿੱਥੇ ਮੈਂ ਗਲਤ ਹੈਗਾ ਨਹੀਂ ਉੱਥੇ ਨਾ ਗਲਤ ਬਣਾਈ ਮੇਰਾ ਤਾਂ ਕੋਈ ਨਹੀਂ ਬਸ ਇਹਦੀ ਇੱਜ਼ਤ ਨੂੰ ਬਚਾਈ ਬਾਈ ਉਹਨੇ ਤਾਂ ਜਵਾਬ ਦਿੱਤਾ ਉਹ ਤਾਂ ਕਹਿੰਦਾ ਹਜੇ ਨਹੀਂ ਮੈਂ ਰਿਸ਼ਤਾ ਕਰਾਉਂਦਾ ਹੋਰ ਬਾਈ ਮੈਂ ਤਾਂ ਉਹਨੂੰ ਸਮਝਾਇਆ ਸੀ ਉਹ ਤਾਂ ਮੇਰੀ ਗੱਲ ਹੀ ਨਹੀਂ ਸੁਣਦਾ ਉਹ ਕਹਿੰਦਾ ਹਜੇ 2-4 ਮਹੀਨੇ ਰੁਕ ਜਾਓ ਚੱਲ ਬਾਈ ਕੋਈ ਗੱਲ ਨਹੀਂ ਤੂੰ ਵੀ ਨਾ ਕਾਹਲੇ ਪੈ ਮੈਂ ਉਹਨੂੰ ਸਮਝਾਉਂਗੀ ਸਮਝਾ ਕੇ ਪਿਆਰ ਦੇ ਨਾਲ ਕਹਿ ਦਿੰਦੇ ਹਾਂ ਕਿ ਕਰਾ ਲੂਗਾ ਆਹੋ
ਟਿਕਾ ਕੇ ਰੱਖ ਅਜੇ ਤੂੰ ਰਿਸ਼ਤੇ ਵਾਲਿਆਂ ਨੂੰ। ਹਾਂ ਠੀਕ ਹੈ ਬਾਈ, ਚੰਗਾ ਬਾਈ, ਚੱਲ ਬਿੰਦ ਵੀਡੀਓ ਦੇਖ ਲੈਂਦੀ ਹਾਂ, ਵਿਹਲੀ ਬੈਠੀ ਕੀ ਕਰੂੰਗੀ। ਆਹ ਦੇਖ ਲਓ ਲੋਕੋ, ਕਲ ਯੁੱਗ ਆ ਗਿਆ, ਕਲ ਯੁੱਗ, ਘਰ ਦੇ ਤਾਂ ਸਾਰੇ ਬਾਹਰ ਗਏ ਨੇ ਤੇ ਆ ਕੁੜੀ ਨੇ ਆਪਦਾ ਆਸ਼ਕ ਘਰੇ ਬੁਲਾ ਲਿਆ। ਲੋੜਾ ਆਇਆ ਪਿਆ ਲੋਕਾਂ ਦਾ ਤਾਂ, ਐ ਐ ਐ ਬੇਇੱਜ਼ਤੀ ਕਰਾਉਂਦੀਆਂ ਨੇ ਕੁੜੀਆਂ ਮਾਪਿਆਂ ਦੀ। ਹਾਏ ਮੈਂ ਮਰ ਜਾ, ਇਹ ਤਾਂ ਜਮੀ ਜੱਸਾ ਲੱਗਦਾ ਗਾ। ਹਾਏ ਹਾਏ, ਇਹ ਤਾਂ ਜੱਸਾ ਹੀ ਹੈ। ਬੂ ਮੈਂ ਮਰ ਜਾ ਤਾਂ ਹੀ ਨਹੀਂ ਰਿਸ਼ਤਾ ਕਰਾਉਂਦਾ ਹੈਗਾ, ਇਹ ਤਾਂ ਪੱਟੀ ਮੇਸ ਕਰਾਤੀ। ਮੇਰੇ ਤਾਂ ਹੱਥਾਂ ਪੈਰਾਂ ਦੀਆਂ ਛੁੱਟ ਗਈਆਂ, ਸਾਰੇ ਪਿੰਡ 'ਚ ਹੀ ਬੇਇੱਜ਼ਤੀ ਕਰਵਾਤੀ। ਸਾਰੇ ਪਿੰਡ ਨੇ ਵੀਡੀਓ ਦੇਖ ਲਈ ਹੋਊਗੀ, ਹੁਣ ਬਾਹਰ ਨਿਕਲ ਜੋਗਰੇ ਨਹੀਂ ਹੈਗੇ। ਇਹਨੂੰ ਕੰਜਰ ਨੂੰ ਆਉਣ ਦੇ, ਇਹਦੀਆਂ ਲੱਤਾਂ ਮੈਂ ਤੋੜਦੀਆਂ। ਆ ਜਿਹੜੇ ਇੱਕ ਦੋ ਰਿਸ਼ਤੇ ਆਉਣੇ ਸੀ ਉਹ ਵੀ ਨਹੀਂ ਹੁਣ ਆਉਣੇ ਹੈਗੇ ਗੇ, ਜਮੇ ਪੱਟੀ ਮੇਸੀ ਕਰਾ ਕੇ ਰੱਖਦੀ ਨੇ ਕੰਜਰ ਨੇ। ਕਿਵੇਂ ਬਾਈ ਅਮਨ? ਵਧੀਆ ਬਾਈ, ਕੀ ਹਾਲ ਹੈ? ਠੀਕ ਹੈ ਬਾਈ, ਬਹੁਤ ਮਾੜੀ ਹੋਈ ਹੈ ਨਾ ਬਾਈ। ਕਿਵੇਂ ਬਾਈ? ਉਹ ਪ੍ਰੀਤ ਭੈਣ ਦੀ ਵੀਡੀਓ ਜੀ ਵਾਇਰਲ ਹੋ ਰਹੀ ਹੈ। ਕਿਹੜੀ ਵੀਡੀਓ ਯਾਰ? ਉਹ ਯਾਰ ਜਿਹੜਾ ਆਪਣੇ ਮੇਰੇ ਬਿੱਲ ਨਹੀਂ ਵੰਡਣਾ ਕਰਦਾ। ਹਾਂ, ਉਹ ਤੁਹਾਡੇ ਘਰੋਂ ਨਿਕਲਦਾ ਹੁੰਦਾ ਜਦੋਂ। ਆਹ ਦੇਖ ਯਾਰ ਵੀਡੀਓ ਦਿਖਾਵਾਂ। ਕਿਹੜੀ ਵੀਡੀਓ ਯਾਰ? ਆ ਗਰੁੱਪਾਂ 'ਚ ਪਾਰਖੀ ਆਪਣੇ ਪਿੰਡਾਂ 'ਚ। ਇੱਕ ਮਿੰਟ, ਆਹ ਦੇਖ। ਅੱਛਾ, ਇੰਨੀ ਹਰਕਤ ਮਾੜੀ ਕਰ ਜੂ ਯਾਰ, ਪਤਾ ਨਹੀਂ ਸੀ ਯਾਰ। ਕੌਣ ਬਾਈ? ਕੋਈ ਨਹੀਂ, ਚੱਲ ਠੀਕ ਹੈ, ਮੈਂ ਕਿਹਾ ਘਰੇ ਜਾਂਦਾ, ਚੱਲ ਕੋਈ ਨਾ। ਠੀਕ ਹੈ ਬਾਈ। ਓ ਖੜੇ ਹੋ? ਕੀ ਹੋ ਰਿਹਾ? ਮੇਰੀ ਤਾਂ ਤਬੀਅਤ ਨਹੀਂ ਠੀਕ ਹੈਗੀ ਪਹਿਲੀ। ਆਹ ਦੇਖ ਲੈ ਮਾੜਾ ਇੱਕ ਮਿੰਟ, ਆਹ ਦੇ ਜੱਸੀ ਦੀ ਕਰਤੂਤ ਕੀ ਹੈ। ਕੀ ਕਰਤੂਤ ਹੈ? ਉਹੀ ਤਾਂ ਵੀਡੀਓ ਹੈ ਇਹ, ਸੱਚੀ। ਜੇ ਜੱਸੀ ਨੇ ਨਾ ਵੀ ਵੀਡੀਓ ਪਾਈ ਹੁੰਦੀ ਕਰਤੂਤ ਤਾਂ ਉਹ ਵੀ ਸਾਰੇ ਪਿੰਡ ਚ ਖੇਡ ਰਹੀ ਹੈ ਤੇਰੀ ਭੈਣ ਦੀ। ਪਰਦੇ ਕੱਜਲੇ ਜਿੰਨੇ ਕੱਜਣੇ ਨੇ। ਕੀ ਕਰਤੂਤ ਖੜ ਰਹੀ? ਜੱਸੀ ਨੂੰ ਕਿਹੜਾ ਗੱਲ ਨਹੀਂ ਫੜਾ ਕੇ ਗਿਆ? ਪਾਣੀ ਪਿਉਂਦੀ ਜੱਸੀ, ਖੜ ਖੜ ਪਾਣੀ ਉਹਨੂੰ। ਫਿਰ ਪਾਣੀ ਪੀ ਸਕਦਾ ਇੱਕ ਮਿੰਟ? ਉਹਦਾ ਬਿੱਲ ਫੜਾ ਆਉਂਦਾ, ਸਾਰੇ ਘਰੇ ਫੜਾ ਆਉਂਦਾ। ਰੋਜ਼ ਹੀ ਆਉਂਦਾ? ਰੋਜ਼ ਕਦੇ ਆਇਆ ਬਾਈ? ਹਾਂ, ਬਿੱਲ 2 ਮਹੀਨੇ ਬਾਅਦ ਆਉਂਦਾ ਬਾਈ, ਗੇੜੇ ਮਾਰਦਾ ਰੋਜ਼ ਉਹ ਬਹਾਨੇ ਨਾਲ। ਬਿੱਲ ਫੜਾਉਂਦੇ ਦੀ ਵੀਡੀਓ ਬਣਾਈ ਆਉਣਾ, ਠੀਕ ਹੈ? ਇਹ ਤਾਂ ਹੁਣ ਹੀ ਹੋਊਗਾ, ਜਿਹੜਾ ਕੁਛ ਹੋਣਾ ਤੀ ਹੋ ਗਿਆ। ਨਾਲੇ ਇਹ ਜਿਹੜੀ ਕਰਤੂਤ ਹੋ ਗਈ ਹੁਣ ਵਾਇਰਲ ਹੋ ਗਈ ਵੀਡੀਓ, ਤੇਰੀ ਭੈਣ ਦਾ ਸਾਕ ਵੀ ਨਹੀਂ ਹੁੰਦਾ ਹੁਣ। ਮੇਰੀ ਗੱਲ ਸੁਣ ਲੈ, ਠੀਕ ਹੈ? ਚਲੋ ਜੱਸੀ ਨੂੰ ਤੂੰ ਕਹਿੰਦੇ, ਨਹੀਂ ਫਿਰ ਮਾਣਾ ਤਾਂ ਘਰੇ ਜਾਣਾ, ਜਲੂਸ ਕੱਢ ਕੇ ਆਊਂਗਾ। ਕੁਛ ਮਰਜ਼ੀ ਕਰ ਲੈ ਜੱਸੀ ਦਾ। ਹਾਂ, ਜੱਸੀ ਦਾ ਕੋਈ ਕਸੂਰ ਨਹੀਂ ਇਹਦੇ ਚ। ਹੋਰ ਕਿਹਦਾ ਕਸੂਰ ਹੈ ਇਹ ਚ? ਜੱਸੀ ਦਾ ਕਸੂਰ ਨਹੀਂ ਹੈਗਾ, ਉਹਨੇ ਤਾਂ ਸਬੂਤ ਇਕੱਠਾ ਕਰਿਆ। ਤੁਸੀਂ ਯਕੀਨ ਨਹੀਂ ਮੰਨਦੇ ਤੀ, ਹੋਰ ਕੀ ਕਰਦੀ ਅਗਲੀ? ਜੱਸੀ ਕੋਈ ਬਿੱਲ ਨਹੀਂ ਫੜਦੀ ਉਹ ਤੋਂ। ਬਿੱਲ ਨਾਰਮਲ ਤਰੀਕੇ ਨਾਲ ਫੜੋ, ਬਿੱਲ ਮੈਨੂੰ ਫੜਾ ਦੇ ਆ ਕੇ। ਤੁਸੀਂ ਅਗਰ ਨਹੀਂ ਕਰਿਆ ਪਾਪਾ ਕਰੇ ਨਹੀਂ ਹੁੰਦਾ। ਆਪਾਂ ਬਾਹਰ ਸੀ ਗਏ ਉਦੋਂ। ਆ ਬਾਹਰ ਤੀ ਮੈਨੂੰ ਸਭ ਪਤਾ ਹੈ, ਉਹ ਮੌਕਾ ਪ੍ਰਸਤ ਹੈ, ਦੇਖ ਕੇ ਹੀ ਆਉਂਦਾ ਵੀ ਘਰੇ ਹੈਗੇ ਤਾਂ ਆਉਂਦਾ, ਜੇ ਆਪਾਂ ਘਰੇ ਹੋਈਏ ਆਉਂਦਾ ਹੀ ਨਹੀਂ ਉਹ। ਤੁਸੀਂ ਜੱਸੀ ਨੂੰ ਕਹੋਗੇ ਜਾਂ ਮੈਂ ਘਰੇ ਜਾਵਾਂ ਉਹਨਾਂ ਦੇ? ਮੈਂ ਕੁਛ ਨਹੀਂ ਕਹਿੰਦੀ ਬਾਈ ਜੱਸੀ ਨੂੰ, ਜੱਸੀ ਦਾ ਕੋਈ ਕਸੂਰ ਨਹੀਂ ਹੈਗਾ। ਪੱਕਾ? ਆਹੋ। ਚੱਲ ਮੈਂ ਉਹਨਾਂ ਨੂੰ ਖੰਡ ਜਾ ਕੇ ਘਰੇ ਪਾਈ ਜਾਓ, ਖੰਡ ਥੋੜੀ ਜਲੂਸ ਨਿਕਲੂਗਾ। ਜੇ ਕਿਸੇ ਨੂੰ ਨਹੀਂ ਵੀ ਪਤਾ ਗੱਲ ਤਾਂ ਉਹਨੂੰ ਵੀ ਪਤਾ ਲਾ ਦਿਓ।
ਇਹ ਤਾਂ ਹਾਲੇ ਕੁਛ ਵੀ ਨਹੀਂ, ਗੱਲ ਤਾਂ ਦੇਖੀ ਫੈਲਦੀ। ਵਧੀਆ, ਮੈਂ ਤਾਂ ਕਹਿੰਦੀ ਇਹੋ ਜਿਹੀ ਨਾਲ ਹੀ ਬਣਨ, ਰਿਸ਼ਤਾ ਵੀ ਨਾ ਹੋਵੇ ਇਹੋ ਜਿਹੀ ਰੰਡੀ ਦਾ। ਓਏ ਹੋਏ, ਮਾਂ ਗਰਮੀ ਬਹੁਤ ਹੈ, ਪਾਣੀ ਦਾ ਗਲਾਸ ਲਿਆ ਕਿਦੀ। ਬੇ ਆ ਗਿਆ ਕੰਜਰਾ ਖੇ ਖਾ ਕੇ, ਆਹੀ ਦੇਖਣਾ ਬਾਕੀ ਸੀ ਜਿਹੜਾ ਹੁਣ ਦੇਖ ਲਿਆ। ਹੋ ਕੀ ਗਿਆ? ਵੀ ਜਿਹੜਾ ਚੰਦ ਚੜਾ ਕੇ ਆਇਆ, ਆ ਗਈ ਮੇਰੇ ਕੋਲ ਵੀਡੀਓ। ਜੇ ਤੇਰੀ ਭੈਣ ਹੁੰਦੀ ਫਿਰ ਵੀ ਅਸੀਂ ਲੋਕਾਂ ਦੇ ਘਰੇ ਵੜਦਾ, ਤੂੰ ਤੈਨੂੰ ਸ਼ਰਮ ਨਹੀਂ ਆਈ ਹੈਗੀ ਕਿਸੇ ਦੇ ਘਰੇ ਵੜਦੇ ਨੂੰ? ਉਹ ਮਾਂ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਜਿਹੜੀਆਂ ਤੂੰ ਕਰਦੀ ਹੈ। ਵੀ ਸਾਰੇ ਪਿੰਡ 'ਚ ਗੱਲ ਉੱਡੀ ਪਈ ਹੈ, ਸਾਰੇ ਪਿੰਡ 'ਚ ਵੀਡੀਓ ਦੇਖ ਲਈ, ਹੈਂ ਬਾਹਰ ਨਿਕਲਣ ਜੋਗਰੇ ਨਹੀਂ ਹੈਗੇ ਗੇ। ਤੂੰ ਕਹਿਣਾ ਐਡੀ ਵੱਡੀ ਕੋਈ ਗੱਲ ਨਹੀਂ ਹੈਗੀ। ਕਿਹੜੀ ਵੀਡੀਓ ਮਾਂ, ਨਾਲੇ ਕਿਹੜੀਆਂ ਗੱਲਾਂ ਕਰੀ ਜਾਂਦੀ ਹੈ? ਵੀ ਆਹ ਦੇਖ ਲੈ ਫੋਨ ਦੇ ਵਿੱਚ ਆਈ ਪਈ ਹੈ ਵੀਡੀਓ, ਪਤਾ ਨੀ ਕਿਹਦੇ ਘਰੇ ਖੇ ਖਾ ਕੇ ਆਇਆ ਤੂੰ। ਖੇ ਕਿਸੇ ਦੇ ਘਰੇ ਨਹੀਂ ਖਾ ਕੇ ਆਇਆ, ਨਾਲੇ ਬਿੱਲ ਫੜਾਉਣ ਗਿਆ ਸੀ ਲੋਕਾਂ ਦੇ ਘਰੇ, 50 ਵਾਰੀ ਜਾਣਾ ਉਹਨਾਂ ਦੇ ਘਰੇ, ਗਲਤ ਬਿੱਲ ਫੜਾਇਆ ਗਿਆ, ਮੈਂ ਵਗ ਗਿਆ। ਇਹਦੇ 'ਚ ਫਿਰ ਮੇਰੀ ਕੀ ਗਲਤੀ ਹੈ? ਫਿਰ ਜੇ ਵੀਡੀਓ ਬਣ ਕੇ ਤਾਂ ਨਹੀਂ ਲੋਕਾਂ 'ਚ ਜਾਂਦੀ ਹੈਗੀ ਗੀ ਜੇ ਖੇ ਖਾਣ ਨਹੀਂ ਗਿਆ ਸੀ? ਉਹਨਾਂ ਦੀ ਗਵਾਂਢਣ ਹੈ, ਉਹਨੇ ਬਣਾ ਕੇ ਚਾੜਤੀ ਨੈੱਟ ਤੇ। ਹਾਂ ਕਿ ਉਹਨਾਂ ਨਾਲ ਕੋਈ ਹੋਣੀ ਲੱਗ ਡਾਟ, ਬਥੇਰੀ ਕੁੱਤੇ ਖਾਣੀ ਹੋਈ ਹੈ। ਕਰਾਇਆ ਹੈ ਡਿਲੀਟ ਮੈਂ ਉਹਦੇ ਫੋਨ 'ਚੋਂ ਵੀਡੀਓ। ਤੂੰ ਉਹਦੇ ਫੋਨ 'ਚੋਂ ਤਾਂ ਕਰਾਇਆ ਆ, ਪੂਰੇ ਪਿੰਡ 'ਚੋਂ ਕਿਵੇਂ ਕਰਾਏਗਾ? ਜਿਹੜੀ ਥੂ ਥੂ ਹੋ ਜੂ ਸਾਰੇ ਪਿੰਡ ਦੇ ਵਿੱਚ। ਲੈ ਉਹੀ ਮਰ ਜਾਂਦੀ ਹੁੰਦੀ ਆ ਮਾਂ, ਮੈਂ ਲੋਕਾਂ ਤੋਂ ਸਰਟੀਫਿਕੇਟ ਲੈਣ ਦਾ ਠੇਕਾ ਲੈ ਰੱਖਿਆ, ਮੈਂ ਕਿਸ ਤੋਂ ਕੀ ਲੈਣਾ? ਚਾਹੇ ਜਿਹੜਾ ਕੁਛ ਮਰਜ਼ੀ ਲੋਕ ਬੋਲੀ ਜਾਣ, ਮੈਨੂੰ ਉਹਦੀ ਕੋਈ ਪਰਵਾਹ ਨਹੀਂ। ਮੈਂ ਆਪਦੇ ਬਰਮ ਤੇ ਸੱਚਾ, ਨਾਲੇ ਅਗਲਿਆਂ ਦੀ ਕੁੜੀ ਅਗਲੇ ਆਪਦੇ ਬਰਮ ਤੇ ਸੱਚੀ ਹੈ। ਉਹ ਤਾਂ ਠੀਕ ਹੈ, ਪਰ ਜਿਹੜੇ ਲੋਕ ਗੱਲਾਂ ਕਰਨਗੇ ਉਹਨਾਂ ਨੂੰ ਕਿਵੇਂ ਚੁੱਪ ਕਰਾਏਗਾ, ਇਹ ਦੱਸ ਮੈਨੂੰ। ਲੋਕ ਗੱਲਾਂ ਕਰਨੋਂ ਹਟਦੇ ਨੇ? ਆਰੀ ਦੇ ਇੱਕ ਪਾਸੇ ਦੰਦੇ ਹੁੰਦੇ ਨੇ, ਲੋਕਾਂ ਦੇ ਦੋਨਾਂ ਪਾਸੇ ਨੇ। ਹੈ ਜੇ ਇਹਨਾਂ ਦਾ ਬਸ ਚੱਲੇ ਇਹ ਤਾਂ ਜਿਉਂ ਨਾ ਦੇਣ ਆਪਾਂ ਨੂੰ। ਵੀ ਮੈਨੂੰ ਐਂ ਤਾਂ ਦੱਸ ਦੇ ਵੀ ਕਿੰਨਾ ਦੀ ਆ, ਕਿੱਥੋਂ ਦੀ ਹੈ? ਮਾਂ ਦੇਖ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਜਿਹੜੀ ਤੂੰ ਗੱਲਾਂ ਪੁੱਛੀ ਜਾਂਦੀ ਹੈ ਮੈਥੋਂ। ਹਾਂ ਉਹਨਾਂ ਦੀ ਕੁੜੀ ਜ਼ਰੂਰ ਹੈ ਅਤੇ ਮੈਂ ਉਹਨੂੰ ਪਸੰਦ ਵੀ ਕਰਦਾ। ਅਤੇ ਮੈਂ ਤੈਨੂੰ ਸਵੇਰੇ ਪੁੱਛਿਆ ਸੀ, ਤੂੰ ਮੈਨੂੰ ਉਦੋਂ ਦੱਸ ਦਿੰਦਾ, ਤੂੰ ਮੈਨੂੰ ਉਦੋਂ ਕਿਉਂ ਨਹੀਂ ਦੱਸਿਆ ਹੈਗਾ? ਮੈਂ ਤੈਨੂੰ ਕੀ ਦੱਸ ਦਿੰਦਾ, ਹਲੇ ਕੋਈ ਬਾਈ ਨਹੀਂ ਧਾਈ ਨਹੀਂ, ਹਲੇ ਤਾਂ ਸਿਰ 'ਚੋਂ ਪੂਣੀ ਵੀ ਨਹੀਂ ਕੱਤੀ ਗਈ। ਨਾ ਅਗਲੀ ਨੂੰ ਪਤਾ ਵੀ ਮੈਨੂੰ ਪਸੰਦ ਕਰਦਾ, ਬਸ ਇੰਨੀ ਗੱਲ ਹੈ ਵੀ ਮੈਂ ਉੱਥੇ ਬਿੱਲ ਫੜਾਉਣ ਜਾਂਦਾ ਹੁੰਦਾ, ਮੈਨੂੰ ਚੰਗੀ ਲੱਗਦੀ ਆ ਉਹ। ਵੀ ਕੋਈ ਪਿੰਡ ਵੀ ਹੋਊਗਾ, ਕਿੱਥੋਂ ਦੀ ਹੈ, ਸੋਹਣੀ ਸੁਨੱਖੀ ਆ? ਵੀ ਉਈ ਤਾਂ ਨਹੀਂ ਕਿਤੇ ਰੂੜੀ 'ਤੇ ਡਿੱਗ ਪਿਆ, ਕੱਲ੍ਹ ਨੂੰ ਲੋਕਾਂ ਨੂੰ ਮੂੰਹ ਦਿਖਾਉਣ ਜੋਗਰੇ ਨਾ ਰਹੀਏ। ਉਹ ਨਹੀਂ ਹੈਗੀ ਇਹੀ ਜੀ, ਉਹ ਸੋਹਣੀ ਹੈ, ਸੁਨੱਖੀ ਹੈ, ਲੰਬੀ ਹੈ, ਲੂੰਜੀ ਹੈ, ਉਹ ਤਾਂ ਸਿਰ ਤੋਂ ਚੁੰਨੀ ਵੀ ਨਹੀਂ ਲਾਉਂਦੀ। ਨਾਲੇ ਨਾ ਉਹ ਇਹੀ ਜੀ ਹੈ, ਮੈਨੂੰ ਤਾਂ ਐਂ ਲੱਗਦਾ ਚੁੱਪ ਚਾਪ ਜੀ, ਸ਼ਾਂਤ ਜੀ, ਜਿਵੇਂ ਉਹ 'ਚ ਕਿਸੇ ਰੱਬੀ ਰੂਹ ਦਾ ਵਾਸ ਹੋਵੇ। ਇਹੋ ਜਿਹੀ ਨਹੀਂ ਹੈਗੀ, ਪਿੰਡ ਪੁੱਛਦੀ ਆ ਬਖਸ਼ੀ ਵਾਲੇ ਦੀ ਹੈ। ਬਖਸ਼ੀ ਵਾਲੇ ਦੀ ਆ? ਆਹੋ। ਵੀ ਉੱਥੇ ਤਾਂ ਤੇਰਾ ਚਾਚਾ ਅਸ਼ਕੰਦਰ ਵਿਆਹ ਹੋਇਆ ਹੈ। ਆ ਪਿਛਲੇ ਘਰ ਵਾਲੇ ਦਾ? ਆਹੋ। ਤੂੰ ਮੈਨੂੰ ਪਹਿਲਾਂ ਦੱਸ ਦਿੰਦਾ, ਆਪਾਂ ਤੇਰੇ ਚਾਚੇ ਨਾਲ ਗੱਲ ਕਰ ਲੈਂਦੇ। ਪਹਿਲਾਂ ਜਦੋਂ ਕੋਈ ਗੱਲ ਹੀ ਨਹੀਂ ਹੈਗੀ, ਗੱਲ ਤਾਂ ਹਲੇ ਵੀ ਨਹੀਂ ਹੈਗੀ ਕੋਈ। ਮੈਨੂੰ ਆਏ ਸੀ ਵੀ ਚੱਲ ਇੱਕ ਦੋ ਵਾਰੀ ਜਾਊਂਗਾ ਉਹਨੂੰ ਪੁੱਛ ਲੂੰਗਾ, ਮਾੜਾ ਮੋਟਾ ਪਤਾ ਸਤਾ ਲੱਗ ਜਾਂਦਾ, ਫਿਰ ਗੱਲ ਤੋਰੂੰਗਾ। ਤੂੰ ਤਾਂ ਆਉਂਦੇ ਨੂੰ ਭੁਚਾਲ ਪਾ ਕੇ ਬਹਿ ਗਈ। ਬੇ ਭੁਚਾਲ ਮੈਂ ਨਹੀਂ ਪਾਇਆ, ਭੁਚਾਲ ਤਾਂ ਤੇਰੀ ਆ ਵੀਡੀਓ ਨੇ ਪਾਇਆ। ਨਾਲੇ ਜੇ ਤੇਰੀ ਚਾਚੀ ਨੂੰ ਪਤਾ ਲੱਗਿਆ, ਉਹਨੇ ਤਾਂ ਤੇਰਾ ਰਿਸ਼ਤਾ ਨਹੀਂ ਹੋਣ ਦੇਣਾ। ਉਹ ਪਤਾ ਹੈ ਮੈਨੂੰ ਚਾਚੀ ਦਾ ਵੀ ਕਹੀ ਜੀ ਹੈ, ਨਾਲੇ ਗੱਲ ਚਾਚੀ ਦੇ ਕੰਨੀ ਨਹੀਂ ਪੈਣੀ ਚਾਹੀਦੀ, ਪਹਿਲਾਂ ਚਾਚੇ ਨਾਲ ਗੱਲ ਕਰਾਂਗੇ। ਚਾਚੀ ਤਾਂ ਕਹਾਣੀ ਕੌਡੀ ਦੀ ਨਹੀਂ, ਉਹਨੇ ਤਾਂ ਪੈਰ 'ਤੇ ਪਾਣੀ ਨਹੀਂ ਪੈਣ ਦੇਣਾ। ਆਹੋ, ਮੈਂ ਵੀ ਇਹੀ ਸੋਚਦੀ ਹਾਂ, ਉਹਦੇ ਤੱਕ ਤਾਂ ਗੱਲ ਹੀ ਨਾ ਪਹੁੰਚੇ। ਤੇਰੇ ਚਾਚੇ ਨੂੰ ਤੂੰ ਫੋਨ ਕਰਦੀ, ਉਹਨੂੰ ਚੁੱਪ ਚਪੀਤੇ ਨੂੰ ਘਰੇ ਬੁਲਾ ਲਈ ਘੇਰਾ। ਨਾਲੇ ਜੇ ਚਾਚੀ ਇੰਨੀ ਚੰਗੀ ਹੁੰਦੀ ਫਿਰ ਚਾਚੇ ਨੂੰ ਆਪਦੇ ਭਰਾ ਨਾਲੋਂ ਅੱਡ ਕਰਾਉਂਦੀ, ਨਾਲੇ ਮਾਂ ਪਿਓ ਅੱਡ ਬਿਠਾਉਂਦੀ।
ਉਹ ਤਾਂ ਖੜੀ ਸੂਲ ਵਾਲੀ ਆ, ਜਮਾਂ ਨਹੀਂ ਪਾਣੀ ਪੈਣ ਦਿੰਦੀ ਪੈਰ 'ਤੇ। ਬਈ ਮੈਨੂੰ ਪਤਾ ਤੇਰੀ ਚਾਚੀ ਕਿਹੋ ਜਿਹੀ ਆ, ਪਤਾ ਨਹੀਂ ਉਹਦੇ ਪਿੰਡ ਦੀ ਕਿਹੋ ਜਿਹੀ ਹੋਊਗੀ, ਦੇਖ ਪਰਖ ਕੇ ਵਿਆਹ ਕਰਾਈ। ਓਏ ਉਹ ਇਹੀ ਜਿਹੀ ਨਹੀਂ ਹੈਗੀ ਮਾਂ, ਮੈਨੂੰ ਪਤਾ ਬੰਦੇ ਦਾ ਦੇਖ ਕੇ ਪਤਾ ਲੱਗ ਜਾਂਦਾ। ਚੰਗਾ ਤੇਰੇ ਚਾਚੇ ਨੂੰ ਫੋਨ ਕਰਦੀ, ਉਹ ਆ ਕੇ ਜਾਊਗਾ, ਗੱਲ ਕਰ ਲਾਂਗੇ ਉਹਦੇ ਨਾਲ। ਕੋਈ ਨਾ, ਕਰ ਲਈ ਤੂੰ ਚਾਚੇ ਨਾਲ ਗੱਲ। ਆਹੋ ਚਾਹ ਬਣੀ ਪਈ ਆ, ਜਾ ਜਾ ਕੇ ਚਾਹ ਪੀ ਲਾ, ਮੇਰੇ ਤਾਂ ਉੱਠਣ ਦੀ ਹਿੰਮਤ ਨਹੀਂ ਹੈਗੀ, ਝੋਰਾ ਲਾ ਕੇ ਰੱਖਤਾ।